देखो सहयोग देने सारे तैयार ने, ये नहीं गल भी जिमीदार भी सहयोग देने तैयार, आढ़ती भी सारे तैयार ने, पर कितना कितने जो जो पक्षपात होगा तो उत्थे दिक्कत आती है। कार कोशिश होंगी इदा स्टैप चकन की, लेकिन प्रैक्टिकल तौर पर वो दिक्कत होंगे ने, जो आप किसी भी चीज़ को प्रैक्टिकल एग्जीक्यूट करते हैं तो उदों वो गल होर आ जाती है, तो जो बह के कमरे च प्लैनिंग बननी वक्री गल आ। सो इस तरह की जी दिक्कत कोई आनगियाँ। सत श्री अकाल जी, मैं हाँ गुरदीप सिंह, तुम देख रहे हो लुधियाना टाइम्स। इस वे असी मुलापुर दाखा की दाणा मंडी के मौजूद हाँ। सरकार के वलों स्टेटमेंट दी गई सी कि किसानों जी पास दिते जाएंगे कि वह अपनी फसल जी बेच सकन मंडी के जाके, और इस वे असी आए हैं दाणा मंडी के और देख तुहानू दिखाने दे लई कि किस तरीके दी मुश्किलां सामना करना पै रहा किसानों और आढ़तियों। और इस वे सरदार मनप्रीत सिंह आली जी मौजूद ने, उन्होंने गलबात करांगे और आढ़तियों नाल भी गलबात करांगे किस तरीके दे नाल उन्हां नूं मुश्किलां सामना करना पै रहा है। आओ गलबात करते हैं। सर जिवें कि तुहाडे सामने तुसीं हुणे आए हो, तां तुहानूं आढ़त जिहड़े ने उन्होंने वल्लों प्रॉब्लम दस्सियां गईयां ने, किहड़ी किहड़ी प्रॉब्लम उन्होंने दस्सियां ने तुहाडे सामने? देखो एक तां जिहड़ी इन्हां नूं हजे प्रॉपर सारे आढ़ती नूं पास नहीं मिल रहे हजे, ते क्योंकि कई दिक्कत आ रही ने, ये बीमारी करके जी चेंजेस कीतियां ने इन्हां ने, एक तां टोकन देने शुरू किए आ, ते उहदे विच कितने कितने कोई वितकरेबाजी जिहड़ी हैगी आ उह असीं चाहुंदे वी नहीं ना होवे, कि सारा जिहड़ा ये सिस्टम हैगा निरपक्ष होना चाहीदा, किसी को किसी नाल कोई पक्षपात नहीं होना चाहीदा, ਤਾਂ ਜੋ ਕਿਸੇ ਕਿਸਾਨ ਨੂੰ ਕਿਸੇ ਆੜਤੀਏ ਨੂੰ ਕਿਸੇ ਪੱਲੇਦਾਰ ਨੂੰ ਇਸ ਸੀਜ਼ਨ ਦੇ ਵੀ ਕੋਈ ਦਿੱਕਤ ਨਾ ਆਵੇ। ਦੇਖੋ ਸਹਿਯੋਗ ਦੇਣ ਲਈ ਸਾਰੇ ਤਿਆਰ ਨੇ, ਇਹ ਨਹੀਂ ਗੱਲ ਵੀ ਜ਼ਿਮੀਦਾਰ ਵੀ ਸਹਿਯੋਗ ਦੇਣ ਨੂੰ ਤਿਆਰ, ਆੜਤੀ ਵੀ ਸਾਰੇ ਤਿਆਰ ਨੇ, ਪਰ ਕਿਤੇ ਨਾ ਕਿਤੇ ਜਦੋਂ ਜੇ ਪੱਖਪਾਤ ਹੋਊਗਾ ਤਾਂ ਉੱਥੇ ਦਿੱਕਤ ਆਉਂਦੀ ਆ। ਸੋ ਇਸ ਲਈ ਅਸੀਂ ਇਹ ਬੇਨਤੀ ਕਰਦੇ ਹਾਂ ਸਰਕਾਰ ਦੇ ਸੀਨੀਅਰ ਜਿਹੜੇ ਜਿੰਨੇ ਵੀ ਅਫਸਰ ਸਾਹਿਬਾਨ ਨੇ ਖਾਸ ਤੌਰ 'ਤੇ ਇਸ ਡਿਪਾਰਟਮੈਂਟ ਨਾਲ ਸੰਬੰਧਿਤ, ਅਤੇ ਵੀ ਉਹ ਸਹੀ ਢੰਗ ਦੇ ਨਾਲ ਸਾਰਾ ਇਹ ਸਿਸਟਮ ਨੂੰ ਚਲਾਉਣ, ਤਾਂ ਜੋ ਕਿਸੇ ਜ਼ਿਮੀਦਾਰ ਨੂੰ ਕਿਸੇ ਕਿਸਾਨ ਨੂੰ ਕਿਸੇ ਆੜ੍ਹਤੀ ਨੂੰ ਕੋਈ ਦਿੱਕਤ ਨਾ ਆਵੇ। ਇਹ ਨਾ ਹੋਵੇ ਵੀ ਕਿ ਕੋਈ ਲਾਲਚ ਦੇ ਕੇ ਆੜ੍ਹਤੀ ਹੈ ਦੂਜੇ ਦੇ ਜਿਹੜੇ ਕਈ ਵਾਰ ਆਪਾਂ ਗਾਹਕ ਹੈਗਾ ਨੂੰ ਪੱਟਣ ਦੀ ਕੋਸ਼ਿਸ਼ ਕਰਦੇ ਹਾਂ, ਸੋ ਜੇ ਇੱਕ ਕਰੂਗਾ ਦੂਸਰਾ ਉਹਦੇ ਪੱਟਣ ਦੀ ਕੋਸ਼ਿਸ਼ ਕਰੂਗਾ। ਸੋ ਇਸ ਲਈ ਸਾਰੇ ਰਲ ਕੇ ਇੱਕ ਦੂਜੇ ਦਾ ਸਹਿਯੋਗ ਦੇਣ, ਨਾ ਕਿ ਇੱਕ ਦੂਜੇ ਲੱਤਾਂ ਖਿੱਚਣ। ਸੋ ਇਹਦੇ ਨਾਲ ਹੀ ਸਾਰਾ ਆਪਣਾ ਇਹ ਟਾਈਮ ਹੈਗਾ ਜਿਹੜਾ ਇਹ ਸਿਰੇ ਲੱਗ ਜੂਗਾ। ਸੋ ਸਰਕਾਰ ਵੱਲੋਂ ਜਿਹੜੀਆਂ ਵੀ ਕਮੀਆਂ ਹੈਗੀਆਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਦੂਰ ਕੀਤਾ ਜਾਵੇ। ਮੈਂ ਕੱਲ੍ਹ ਪਰਸੋਂ ਵੀ ਕਾਫੀ ਪਿੰਡਾਂ ਦੀ ਮੰਡੀਆਂ ਜਾ ਕੇ ਆਇਆ, ਅਜੇ ਸਫਾਈ ਵੀ ਨਹੀਂ ਸੀ ਹੋਈ ਕਈ ਮੰਡੀਆਂ ਦੇ ਵਿੱਚ ਉਸ ਸਮੇਂ, ਲਾਈਟਾਂ ਵੀ ਚਾਲੂ ਹੋਈਆਂ ਸੀ, ਅਤੇ ਨਾ ਉਹਨਾਂ ਮੰਡੀਆਂ ਦੇ ਵਿੱਚ ਹਜੇ ਕੋਈ ਟੋਕਨ ਮਿਲਿਆ ਸੀਗਾ ਜਿਹੜੀਆਂ ਸਾਡੀਆਂ ਪਿੰਡੂ ਮੰਡੀਆਂ ਨੇ, ਕਿਉਂਕਿ ਮੇਨ ਮੰਡੀ ਹੈ ਮੁੱਲਾਪੁਰ ਦੀ। ਸੋ ਇੱਥੇ ਵੀ ਹਜੇ ਤੱਕ ਕਾਫੀ ਆੜ੍ਹਤੀਆਂ ਨੂੰ ਟੋਕਨ ਨਹੀਂ ਮਿਲੇ। ਸੋ ਮੈਂ ਇਹਦੇ ਨਾਲ ਡੀਸੀ ਸਾਹਿਬ ਨਾਲ ਵੀ ਅਤੇ ਸਾਡੇ ਜਿਹੜੇ ਸੈਕਟਰੀ ਨੇ ਪੰਜਾਬ ਦੇ ਸਾਡੇ ਮੰਡੀ ਬੋਰਡ ਦੇ ਉਹਨਾਂ ਨਾਲ ਵੀ ਗੱਲ ਕਰਕੇ ਜਲਦੀ ਤੋਂ ਜਲਦੀ ਸਮੱਸਿਆ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਅਸੀਂ ਕਿਸਾਨਾਂ ਦੇ ਨਾਲ ਆੜ੍ਹਤੀ ਭਰਾਵਾਂ ਦੇ ਨਾਲ ਡਟ ਕੇ ਅਸੀਂ ਖੜੇ ਹਾਂ ਵੀ ਉਹਨਾਂ ਨੂੰ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਤਾਂ ਮੇਰੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦੇ। ਅਤੇ ਸਰ ਜਿਵੇਂ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਸੋਸ਼ਲ ਡਿਸਟੈਂਸਿੰਗ ਜਿਹੜੀ ਮੇਨਟੇਨ ਕੀਤੀ ਜਾਊਗੀ, ਔਰ ਦੇਖ ਸਕਦੇ ਵੀ ਲਾਈਨ ਜਿਹੜੀ ਲਗਾਈ ਗਈ ਹੈ ਤਾਂ ਕਿ ਅਲੱਗ ਅਲੱਗ ਜਿਹੜੇ ਸਾਰੇ ਆਪਣੇ ਬੋਰੀਆਂ ਜਾਂ ਕਿਸੇ ਵੀ ਕਣਕ ਨੂੰ ਰੱਖ ਸਕਣ, ਕੀ ਤੁਹਾਨੂੰ ਨਜ਼ਰ ਆ ਰਿਹਾ ਇਸ ਤਰੀਕੇ ਦੇ ਨਾਲ ਵੀ ਹੋ ਰਿਹਾ ਹੈ ਸਰਕਾਰ ਦੇ ਵੱਲੋਂ ਜੋ ਸਟੈਪ ਚੱਕੇ ਗਏ? ਜੇ ਸਰਕਾਰ ਕੋਸ਼ਿਸ਼ ਹੁੰਦੀ ਹੈ ਤਾਂ ਸਟੈਪ ਚੱਕਣ ਦੀ, ਲੇਕਿਨ ਪ੍ਰੈਕਟੀਕਲ ਤੌਰ 'ਤੇ ਉਹਦੇ ਵਿੱਚ ਦਿੱਕਤਾਂ ਹੁੰਦੀਆਂ ਨੇ, ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਪ੍ਰੈਕਟੀਕਲ ਐਗਜੀਕਿਊਟ ਕਰਦੇ ਹਾਂ ਤਾਂ ਉਦੋਂ ਉਹ ਗੱਲ ਹੋਰ ਆ ਜਾਂਦੀ ਆ, ਅਤੇ ਜਦੋਂ ਬਹਿ ਕੇ ਕਮਰੇ 'ਚ ਪਲੈਨਿੰਗਾਂ ਬਣਨੀਆਂ ਵੱਖਰੀ ਗੱਲ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਦਿੱਕਤਾਂ ਕੋਈ ਵੀ ਆਉਣਗੀਆਂ, ਥੋੜ੍ਹੀ ਮੋਟੀ ਚੇਂਜਸ ਕੁਛ ਇਹਨਾਂ ਨੂੰ ਵੀ ਕਰਨੀਆਂ ਪੈਣਗੀਆਂ, ਕੁਛ ਆੜ੍ਹਤੀਆਂ ਨੂੰ ਵੀ ਸਮਝਣਾ ਪਊਗਾ, ਇਸ ਲਈ ਸਾਰਿਆਂ ਨੂੰ ਇਹ 'ਚ ਸਹਿਯੋਗ ਦੇਣਾ ਹੀ ਪਊਗਾ। ਸਰ ਕਿਸਾਨਾਂ ਨੂੰ ਜਿਵੇਂ ਕਈ ਕਿਸਾਨ ਨੇ, ਕਈ ਕਿਸਾਨਾਂ ਨੂੰ ਪਾਸ ਨਹੀਂ ਮਿਲ ਰਹੇ ਹੈਗੇ, ਕਿ ਉਹਨਾਂ ਨੇ ਤੁਹਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਦੇ ਤੱਕ ਇਹ ਗੱਲ ਪਹੁੰਚਾਈ ਜਾਵੇ? ਦੇਖੋ ਹਜੇ ਤਾਂ ਪਹਿਲਾਂ ਕਿਸਾਨ ਇਸ ਕਰਕੇ ਇਹਨਾਂ ਨੇ ਕੰਬਾਈਨਾਂ ਹੀ ਨਹੀਂ ਲਾਈਆਂ ਸੀਗੀਆਂ ਕਿ ਉਹਨਾਂ ਦੀ ਫਸਲ ਤਿਆਰ ਸੀਗੀ, ਅਤੇ ਲੇਕਿਨ ਪਾਸ ਨਹੀਂ ਮਿਲੇ ਸੀਗੇ, ਅਤੇ ਹੁਣ ਪਾਸ ਮਿਲ ਰਹੇ ਨੇ। ਸੋ ਇਹਦੇ ਲਈ ਜੇ ਕਿਤੇ ਵੀ ਦਿੱਕਤ ਆਊਗੀ, ਸਾਨੂੰ ਕਿਸੇ ਕਿਸਾਨ ਦਾ ਫੋਨ ਆਊ ਤਾਂ ਅਸੀਂ ਜਦੀ ਉਹਦੀ ਪੈਰਵਾਈ ਕਰਾਂਗੇ, ਕਿਉਂਕਿ ਜਿਸ ਦਿਨ ਦਾ ਇਹ ਬੰਦ ਹੋਇਆ ਉਸੇ ਦਿਨ ਤੋਂ ਅਸੀਂ ਲਗਾਤਾਰ ਫੋਨ 'ਤੇ ਅਵੇਲੇਬਲ ਆ ਲੋਕਾਂ ਨਾਲ ਇਨ ਟੱਚ ਆ, ਚਾਹੇ ਕਿਸੇ ਨੂੰ ਕੋਈ ਵੀ ਦਿੱਕਤ ਆ, ਕਿਸੇ ਨੂੰ ਕੋਈ ਰਾਸ਼ਨ ਦੀ ਦਿੱਕਤ ਆ, ਕੋਈ ਬਿਮਾਰ ਆ, ਕਿਸੇ ਨੇ ਕੋਈ ਕਿਸੇ ਨੇ ਜਾਣਾ ਆਉਣਾ, ਕਿਸੇ ਨੂੰ ਪਾਸ ਚਾਹੀਦਾ। ਸੋ ਇਸ ਤਰ੍ਹਾਂ ਦੀਆਂ ਜੋ ਵੀ ਲੋਕਾਂ ਦੀਆਂ ਇਸ ਲੋਕਡਾਊਨ ਦੇ ਵਿੱਚ ਲੋਕਾਂ ਨੂੰ ਕਰਫਿਊ ਦੇ ਵਿੱਚ ਸਮੱਸਿਆ ਆ ਰਹੀਆਂ, ਚਾਹੇ ਉਹ ਕਿਸਾਨ ਨੇ, ਚਾਹੇ ਸਾਡੇ ਮਜ਼ਦੂਰ ਨੇ, ਚਾਹੇ ਪਿੰਡਾਂ ਦੇ ਆਮ ਲੋਕ ਨੇ, ਸੋ ਅਸੀਂ ਪਹਿਲ ਦੇ ਆਧਾਰ 'ਤੇ ਉਹਨਾਂ ਦਾ ਸਾਥ ਦੇ ਰਹੇ ਹਾਂ, ਹਰ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਅਸੀਂ ਮਨਪ੍ਰੀਤ ਸਿੰਘ ਜਿਆਲੀ ਜੀ ਦੇ ਨਾਲ ਗੱਲਬਾਤ ਕੀਤੀ, ਅਤੇ ਹੁਣ ਅਸੀਂ ਕੁਝ ਆੜ੍ਹਤੀਆਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰ ਸਭ ਤੋਂ ਪਹਿਲਾਂ ਦੱਸੋ ਕਿ ਤੁਹਾਨੂੰ ਕਿਹੜੀ ਮੁਸ਼ਕਲ ਆ ਰਹੀ ਹੈ ਜੀ ਇਸ ਵੇਲੇ? ਮੁਸ਼ਕਲ ਇਸ ਤਰ੍ਹਾਂ ਜੀ ਸਰ, ਜਿਹੜਾ ਇਹਨਾਂ ਨੇ ਪੰਜਾਬ ਮੰਡੀਕਰਨ ਬੋਰਡ ਨੇ ਇੱਕ ਟੋਕਨ ਸਿਸਟਮ, ਟਰਾਲੀ ਸਿਸਟਮ ਸ਼ੁਰੂ ਕੀਤਾ ਸੀਗਾ, ਉਹਦੇ ਵਿੱਚ 14 ਤਰੀਕ ਤੋਂ ਇਹਨਾਂ ਨੇ ਆਨਲਾਈਨ ਟੋਕਨ ਸਿਸਟਮ ਦੇਣੇ ਸ਼ੁਰੂ ਕੀਤੇ ਸੀਗੇ, ਜਿਸ ਦੇ ਵਿੱਚ ਮੈਨੂੰ ਵੀ ਅਤੇ ਹੋਰ ਇੱਥੋਂ ਦੇ ਕਈ ਆੜ੍ਹਤੀਆਂ ਨੂੰ, ਮੁੱਲਰ ਮੰਡੀ ਔਰ ਦਾਖਾ ਜਿਹੜਾ ਮੰਡੀ ਅੰਡਰ ਆਉਂਦਾ ਮੁੱਲਾਪੁਰ ਦਾਖਾ ਦੇ, ਉਹਨਾਂ ਵਿੱਚੋਂ ਕਈ ਆੜ੍ਹਤੀਆਂ ਨੂੰ ਪਾਸ ਅੱਜ ਤੱਕ ਇਸ਼ੂ ਨਹੀਂ ਹੋਏ, ਇੱਕ ਵੀ ਪਾਸ ਨਹੀਂ ਹੋਇਆ, ਜਦਕਿ ਉਸ ਤੋਂ ਬਾਅਦ ਦੋ ਪਰਚੇਜ਼ ਹੋ ਚੁੱਕੀਆਂ ਨੇ।
तो वह सू बड़ी वीड्डी परेशानी इस करके भी जो सा जिमीदार है जिन्होंने 14 तरीक कटाई कर ली है ट्रालियाँ घर खड़िया असं उन्होंने रोज़ कह रहे हैं भी असू अज पास मिल जाएगा अज मिल जाएगा अज मिल जाएगा मजबूरन उस जिमीदार ने भी देखते हुए भी कोई ट्राली मंगनी सी मजबूरी सी मैं व्हाट्सएप पर भी पाया से मैसेज भी उन्होंने किसी होर आड़ती सीटनी पई पर उस आड़ती की भी बहुत वीड्डी गलती है भी आस में जो आड़ती भाईचारा है उन्होंने ना खराब करना रल मिल के वो जो काम है जिमीदार का सार दिता भी आपकी आड़ की खातर दूजे आड़ती का नुकसान ना करना। किन्ने दिन पहला किया अप्लाई है वैसे अप्लाई असी अप्लाई तो लसेंस बने हुए जी ये 14 तरीक तो इन्होंने साढ़े कढ़ने से ऑनलाइन साडा ना वो 14 वाले जो 17 जो वो साडा ना नहीं आया जी फिर जो 15 नूं कढ़े जी वो 18-17 के कढ़ते सी साडा ना नहीं आया जी 16 नूं नैट सिस्टम इन्हां दा खराब सीगा जी जिहड़े 17 नूं कल निकले जी वो 19 तरीक निकले सॉरी। ਹਾਂਜੀ ਸਰ ਤੁਹਾਨੂੰ ਵੀ ਇਹੀ ਪ੍ਰੋਬਲਮ ਆ ਰਹੀ ਹੈ ਜੀ ਇਹੀ ਪ੍ਰੋਬਲਮ ਆ ਜੀ ਜਿੰਨੀ ਅਸੀਂ ਜਨਸ ਖੜੀ ਆ ਪਹਿਲਾਂ ਤਾਂ ਕਿਤੋਂ ਕੱਚੀਆਂ ਨਾ ਵੱਢਾਂਗੇ ਹੁਣ ਖੀਰੋਂ ਵੱਢ ਕੇ ਖੜਾਈ ਆ ਟਰਾਲੀਆਂ ਦੀ ਪ੍ਰੋਬਲਮ ਆ ਇੱਕ ਬੰਦੇ ਨੂੰ ਜ਼ਿਮੀਦਾਰ ਨੂੰ ਟਰਾਲੀਆਂ ਚਾਹੀਦੀਆਂ ਨੇ ਜੇ ਮੰਗ ਵੀ ਕਢਾਉਨੇ ਇੱਕ ਦਿਨ ਦੋ ਦਿਨ ਕਢਾਉਨੇ ਆ ਵੀ ਚੱਲ ਅੱਜ ਸਾਨੂੰ ਪਾਸ ਮਿਲਦਾ ਸੀਗਾ ਲਿਖਾ ਲਾਂਗੇ ਜੇ ਪਾਸ ਹੀ ਨਹੀਂ ਮਿਲਦਾ ਤਾਂ ਕਰੀਏ ਕੀ ਫਿਰ ਮਜਬੂਰੀ ਬਸ ਉਹ ਕਿਸੇ ਦੇ ਜਾਂਦਾ ਜਿਹੜੇ ਸਾਡੇ ਪੈਸੇ ਫਸੇ ਹੋਏ ਆ ਤੇ ਦੂਜੇ ਆੜਤੀ ਆਪਦੀ ਆੜਤ ਵੱਧ ਦੇ ਕੇ ਲਾਈ ਜਾਂਦੇ ਆ ਹਾਂ ਤੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕੀ ਅਪੀਲ ਕਰਨਾ ਚਾਹੋਗੇ ਹੁਣ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਵੀ ਜ਼ਿਮੀਦਾਰ ਭਰਾਵਾਂ ਦਾ ਜਿੰਨਾ ਵੀ ਸਹਿਯੋਗ ਆੜਤੀਆ ਭਰਾ ਨੂੰ ਕੁਤੋ ਕਰਕੇ ਰੱਖਣ ਵੀ ਸਾਡੇ ਹਰ ਇੱਕ ਦੇ ਜਿਹਦੀ ਜੈਂਸ ਨੂੰ ਪੈਸੇ ਦਿੱਤੇ ਹੋਏ ਆ ਉਹਦੇ ਪੈਸੇ ਮਰਨ ਦਾ ਡਰ ਆ ਵੀ ਜਿਹੜੇ ਤਕੜੇ ਆੜਤੀ ਉਹ ਮਾੜਿਆਂ ਨੂੰ ਨਾ ਮਾਰਨ ਉਹ ਆਪਦੇ ਸ਼ੈਲਰਾਂ 'ਚ ਜੈਂਸਾਂ ਲਾਉਣ ਨੂੰ ਬੈਠੇ ਆ ਟਰਾਲੀਆਂ ਸਿੱਧੀਆਂ ਲਾਈ ਜਾਂਦੇ ਆ ਉਹਦਾ ਕੋਈ ਪੁੱਛ ਪੜਤਾਲ ਨਹੀਂ ਹੋਣੀ। सो असी मनप्रीत सिंह जाली जी के नाल गलबात की ते कुछ आड़ती गलबात की कि उन्होंने किस तरीके दी मुश्किलों का सामना करना पै रहा है और उन्हां दा कहना है कि जिहड़े तगड़े आड़ती ने उन्होंने अपने फायदों के लिए जिहड़े माड़े कह सकते हैं जां कोई स्ट्रोंग जिहड़े आड़ती नहीं हैगे उन्होंने दबण के लिए किसानों सीधे पास दिते जा रहे हैं अपने ट्रालियां सीधियां कणक दी अंदर लाईयां जा रही ने इस तरीके दी परेशानियों का सामना करना पै रहा इन्हों और कैमरामैन नूं कहूँगा कि एक बार दिखाया जाए किस तरीके दे नाल सब चल रहा है दाणा मंडी दे विच और तुसी देख सकते हो कि जिहड़ियां लाइन लगाईआं गईआं ने वह सोशल डिस्टेंस जिहड़ी मेनटेन करन दे लई लगाईआं गईआं सी ता कि जिहड़े किसान आउणगे अपनियां कणकां लै के तां उह अपनियां ढेरियां दे कोल बैठण और सोशल डिस्टेंस जिहड़ा मेनटेन करके रखण और इस तरीके दे नाल लगातार जिहड़ा आ सरकार दे वल्लों जिहड़े दावे कीते जा रहे ने विच विच कई जगह दे विच कुछ सरकार दे वल्लों वादे किए जिहड़े गए ने सो तुसी देख सकते हो कि किस तरीके दे नाल जिहड़ी कणक बोरियां दे विच पाई जा रही है छाण के और किसान जिहड़े ने इत्थे अपनियां कणकां दे कोल बैठे हुए नज़र आ रहे हैं लेकिन सोशल डिस्टेंसिंग किसी भी तरह की इत्थे नज़र नहीं आ रही है जिहड़े लोग ने उह आपस दे विच जुड़ के बैठे ने और इस तरीके की जिहड़ी डिस्टेंस नहीं मेनटेन किया जा रहा बहुत ही इहनूं कह सकते हैं कि खतरनाक है क्योंकि अगर असी सोशल डिस्टेंस मेनटेन नहीं रखांगे तो सानू इसका बहुत ही बुरे सिट्टे नतीजे जिहड़े ने सामने आउणगे। सरकार दे वल्लों इह जिहड़ी सोशल डिस्टेंसिंग रखण दे लई लाइनिंग लगाई गई सीगी और कहा गया सी कि किसानां नूं सोशल डिस्टेंसिंग रखनी है एक दूजे थोड़ी दूरी बना के रखनी है वह किस तरीके दे नाल नज़र नहीं आ रही है और तुसीं देख सकते हो इस जगह दे उत्ते किस तरीके दे नाल लोग बैठे ने बोरियां ते लेटे ने लोग बिल्कुल भी सरकार दे वल्लों जो कहा गया है कि एक दूजे तों दूरी बना के रखनी है वह बिल्कुल भी नज़र नहीं आ रही है। सो वधेरी अपडेट्स लई जुड़े लुधियाना टाइम्स दे नाल कैमरामैन सनमजीत दे नाल मैं गुरदीप सिंह धन्नवाद।